ਦੇਖੋ ਜੀ ਅੱਜ ਅਸੀਂ ਪੂਰੀ ਭਾਜਪਾ ਜਲੰਧਰ ਦੀ ਟੀਮ ਜਿਹਨੂੰ ਅਗਵਾਈ ਜਦੀ ਸਾਡੇ ਅਧਿਐਕਸ਼ ਜੀ ਸੁਸ਼ੀਲ ਸ਼ਰਮਾ ਜੀ ਕਰ ਰਹੇ ਹੈ ਸਾਡੇ ਯੂਵਾ ਟੀਮ ਅਸ਼ੋਕ ਸਰੀਨ ਜੀ ਡਿੰਪੀ ਸਦੇਵਾ ਜੀ ਰਕੇਸ਼ ਕਪੂਰ ਜੀ ਸਿੰਧਿਆ ਸਾਹਿਬ ਨੂੰ ਦੋ ਸਪਸ਼ਟ ਮੰਗ ਰੱਖੀ ਹੈ ਪਹਿਲੀ ਮੰਗ ਕਿ ਜਿਹੜੀ ਆਦਮਪੁਰ ਤੋਂ ਦਿੱਲੀ ਦੀ ਫਲਾਈਟ 2020 ਚ ਰੋਕ ਰੋਕ ਦਿੱਤੀ ਗਈ ਸੀ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਦੂਜੀ ਤਾਂ ਸਭ ਤੋਂ ਅਹਿਮ ਮੰਗ ਜਿਹੜਾ ਸਾਰੇ ਪੰਜਾਬ ਦੇ ਵਸਨੀਕ ਹੈ ਪੰਜਾਬ ਵਾਸੀ ਹੈ ਜਿਸ ਮਰਜੀ ਧਰਮ ਦੇ ਹੋ ਜਿਸ ਮਰਜੀ ਜਾਤ ਦੇ ਹੋ ਉਹਨਾਂ ਦਾ ਬਨਾਰਸ ਨਾਲ ਖਾਸ ਲਗਾਓ ਹੈ ਉੱਥੇ ਸਾਡੇ ਕਾਸ਼ੀ ਵਿਸ਼ਨনাথ ਜੀ ਮੰਦਿਰ ਹੈ ਉੱਥੇ ਸਵਰਨ ਮੰਦਿਰ ਹੈ ਗੁਰੂ ਰਵਿਦਾਸ ਜੀ ਦਾ ਧਰਮ ਸਥਾਨ ਹੈ ਕਿ ਸਾਰੇ ਧਰਮਾਂ ਦੀ ਇੱਕ ਆਸ ਜੁੜੀ ਹੋਈ ਹੈ ਉਸ ਆਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਦਮਪੁਰ ਤੋਂ ਬਨਾਰਸ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾਏ ਐਸਸੀ ਸਮਾਜ ਦੀ ਜੋ ਗੁਰੂ ਰਵਿਦਾਸ ਜੀ ਲਈ ਉਹਨਾਂ ਦਾ ਜਨਮ ਸਥਾਨ ਹੈ ਉੱਥੇ ਬਨਾਰਸ ਸਹੂਲਤ ਹੋਵੇ ਸਿੱਧੀ ਡਾਇਰੈਕਟ ਫਲਾਈਟ ਆਦਮਪੁਰ ਤੋਂ ਬਨਾਰਸ ਪਹੁੰਚੇ ਉਹ ਅਸੀਂ ਮੰਗ ਰੱਖੀ ਹੈ ਸਿੰਧਿਆ ਸਾਹਿਬ ਨੇ ਪੂਰੀ ਹੀ ਟੀਮ ਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਉਹ ਜਲਦ ਤੋਂ ਜਲ ਆਦਮਪੁਰ ਪੁੱਜਣਗੇ ਉਸ ਫਲਾਈਟ ਨੂੰ ਸ਼ੁਰੂ ਕਰਾਨਗੇ ਤੇ ਦੂਜੀ ਗੱਲ ਕਿ ਮੈਂ ਤੁਹਾਡੇ ਕੈਮਰੇ ਰਾਹੀਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨਾ ਆਮ ਆਦਮੀ ਪਾਰਟੀ ਜਿਹੜਾ ਫ੍ਰੀ ਫੰਡ ਦਾ ਕ੍ਰੈਡਿਟ ਲੈਣ ਨੂੰ ਫਿਰ ਰਹੀ ਹੈ ਕਿ ਆਦਮਪੁਰ ਦੀ ਫਲਾਈਟ ਕਿਤੇ ਉਹ ਸ਼ੁਰੂ ਕਰਾਨ ਲੱਗੇ ਉਹਨਾਂ ਦਾ ਵੀ ਝੂਠ ਦੀ ਜਿਹੜੀ ਪੋਤਲੀ ਹੈ ਉਹਦਾ ਵੀ ਖੁਲਾਸਾ ਜਲਦ ਤੋਂ ਜਲਦ ਮੰਤਰੀ ਸਾਹਿਬ ਆਪ ਹੀ ਕਰਨਗੇ ਦੇਖੋ ਜੀ ਅੱਜ ਅਸੀਂ ਪੂਰੀ ਭਾਜਪਾ ਜਲੰਧਰ ਦੀ ਟੀਮ ਜਿਹਨੂੰ ਅਗਵਾਈ ਜਦੀ ਸਾਡੇ ਅਧਿક્ષਕ ਜੀ ਸੁਸ਼ੀਲ ਸ਼ਰਮਾ ਜੀ ਕਰ ਰਹੇ ਹੈ ਸਾਡੇ ਯੂਵਾ ਟੀਮ अशोक 서린 ਜੀ ਡਿੰਪੀ ਸਦੇਵਾ ਜੀ ਰਕੇਸ਼ ਕਪੂਰ ਜੀ ਸਿੰਧਿਆ ਸਾਹਿਬ ਨੂੰ ਦੋ ਸਪਸ਼ਟ ਮੰਗ ਰੱਖੀ ਹੈ ਪਹਿਲੀ ਮੰਗ ਕਿ ਜਿਹੜੀ ਆਦਮਪੁਰ ਤੋਂ ਦਿੱਲੀ ਦੀ ਫਲਾਈਟ 2020 ਚ ਰੋਕ ਰੋਕ ਦਿੱਤੀ ਗਈ ਸੀ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਦੂਜੀ ਤਾਂ ਸਭ ਤੋਂ ਅਹਿਮ ਮੰਗ ਜਿਹੜਾ ਸਾਰੇ ਪੰਜਾਬ ਦੇ ਵਸਨੀਕ ਹੈ ਪੰਜਾਬ ਵਾਸੀ ਹੈ ਜਿਸ ਮਰਜੀ ਧਰਮ ਦੇ ਹੋ ਜਿਸ ਮਰਜੀ ਜਾਤ ਦੇ ਹੋ ਉਹਨਾਂ ਦਾ ਬਨਾਰਸ ਨਾਲ ਖਾਸ ਲਗਾਓ ਹੈ ਉੱਥੇ ਸਾਡੇ ਕਾਸ਼ੀ ਵਿਸ਼ਨনাথ ਜੀ ਮੰਦਿਰ ਹੈ ਉੱਥੇ ਸਵਰਨ ਮੰਦਿਰ ਹੈ ਗੁਰੂ ਰਵਿਦਾਸ ਜੀ ਦਾ ਧਰਮ ਸਥਾਨ ਹੈ ਕਿ ਸਾਰੇ ਧਰਮਾਂ ਦੀ ਇੱਕ ਆਸ ਜੁੜੀ ਹੋਈ ਹੈ ਉਸ ਆਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਦਮਪੁਰ ਤੋਂ ਬਨਾਰਸ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾਏ ਐਸਸੀ ਸਮਾਜ ਦੀ ਜੋ ਗੁਰੂ ਰਵਿਦਾਸ ਜੀ ਲਈ ਉਹਨਾਂ ਦਾ ਜਨਮ ਸਥਾਨ ਹੈ ਉੱਥੇ ਬਨਾਰਸ ਸਹੂਲਤ ਹੋਵੇ ਸਿੱਧੀ ਡਾਇਰੈਕਟ ਫਲਾਈਟ ਆਦਮਪੁਰ ਤੋਂ ਬਨਾਰਸ ਪਹੁੰਚੇ ਉਹ ਅਸੀਂ ਮੰਗ ਰੱਖੀ ਹੈ ਸਿੰਧਿਆ ਸਾਹਿਬ ਨੇ ਪੂਰੀ ਹੀ ਟੀਮ ਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਉਹ ਜਲਦ ਤੋਂ ਜਲ ਆਦਮਪੁਰ ਪੁੱਜਣਗੇ ਉਸ ਫਲਾਈਟ ਨੂੰ ਸ਼ੁਰੂ ਕਰਾਨਗੇ ਤੇ ਦੂਜੀ ਗੱਲ ਕਿ ਮੈਂ ਤੁਹਾਡੇ ਕੈਮਰੇ ਰਹੀ ਤੁਹਾਡੇ ਚੈਨਲ ਰਹੀ ਹਾਂ ਦੱਸਣਾ ਚਾਹੁੰਦਾ ਆਮ ਆਦਮੀ ਪਾਰਟੀ ਜਿਹੜਾ ਫ੍ਰੀ ਫੰਡ ਦਾ ਕ੍ਰੈਡਿਟ ਲੈਣ ਨੂੰ ਫਿਰ ਰਹੀ ਹੈ ਕਿ ਆਦਮਪੁਰ ਦੀ ਫਲਾਈਟ ਕਿਤੇ ਉਹ ਸ਼ੁਰੂ ਕਰਾਨ ਲੱਗੇ ਉਹਨਾਂ ਦਾ ਵੀ ਝੂਠ ਹੈ ਦੀ ਜਿਹੜੀ ਪੋਤਲੀ ਹੈ ਉਹਦਾ ਵੀ ਖੁਲਾਸਾ ਜਲਤੋ ਜਲਦ ਮੰਤਰੀ ਸਾਹਿਬ ਆਪ ਹੀ ਕਰਨਗੇ ਦੇਖੋ ਜੀ ਅੱਜ ਅਸੀਂ ਪੂਰੀ ਭਾਜਪਾ ਜਲੰਧਰ ਦੀ ਟੀਮ ਜਿਹਨੂੰ ਅਗਵਾਈ ਜਦੀ ਸਾਡੇ ਅਧਿક્ષਕ ਜੀ ਸੁਸ਼ੀਲ ਸ਼ਰਮਾ ਜੀ ਕਰ ਰਹੇ ਹੈ ਸਾਡੇ ਯੂਵਾ ਟੀਮ अशोक 서린 ਜੀ ਡਿੰਪੀ ਸਦੇਵਾ ਜੀ ਰਕੇਸ਼ ਕਪੂਰ ਜੀ ਸਿੰਧਿਆ ਸਾਹਿਬ ਨੂੰ ਦੋ ਸਪਸ਼ਟ ਮੰਗ ਰੱਖੀ ਹੈ ਪਹਿਲੀ ਮੰਗ ਕਿ ਜਿਹੜੀ ਆਦਮਪੁਰ ਤੋਂ ਦਿੱਲੀ ਦੀ ਫਲਾਈਟ 2020 ਚ ਰੋਕ ਰੋਕ ਦਿੱਤੀ ਗਈ ਸੀ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਦੂਜੀ ਤੇ ਸਭ ਤੋਂ ਅਹਿਮ ਮੰਗ ਜਿਹੜਾ ਸਾਰੇ ਪੰਜਾਬ ਦੇ ਵਸਨੀਕ ਹੈ ਪੰਜਾਬ ਵਾਸੀ ਹੈ ਜਿਸ ਮਰਜੀ ਧਰਮ ਦੇ ਹੋ ਜਿਸ ਮਰਜੀ ਜਾਤ ਦੇ ਹੋ ਉਹਨਾਂ ਦਾ ਬਨਾਰਸ ਨਾਲ ਖਾਸ ਲਗਾਓ ਹੈ ਉੱਥੇ ਸਾਡੇ ਕਾਸ਼ੀ ਵਿਸ਼ਨনাথ ਜੀ ਮੰਦਿਰ ਹੈ ਉੱਥੇ ਸਵਰਨ ਮੰਦਿਰ ਹੈ ਗੁਰੂ ਰਵਿਦਾਸ ਜੀ ਦਾ ਧਰਮ ਸਥਾਨ ਹੈ ਕਿ ਸਾਰੇ ਧਰਮਾਂ ਦੀ ਇੱਕ ਆਸ ਜੁੜੀ ਹੋਈ ਹੈ ਉਸ ਆਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਦਮਪੁਰ ਤੋਂ ਬਨਾਰਸ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾਏ ਐਸਸੀ ਸਮਾਜ ਦੀ ਜੋ ਗੁਰੂ ਰਵਿਦਾਸ ਜੀ ਲਈ ਉਹਨਾਂ ਦਾ ਜਨਮ ਸਥਾਨ ਹੈ ਉੱਥੇ ਬਨਾਰਸ ਸਹੂਲਤ ਹੋਵੇ ਸਿੱਧੀ ਡਾਇਰੈਕਟ ਫਲਾਈਟ ਆਦਮਪੁਰ ਤੋਂ ਬਨਾਰਸ ਪਹੁੰਚੇ ਉਹ ਅਸੀਂ ਮੰਗ ਰੱਖੀ ਹੈ ਸਿੰਧਿਆ ਸਾਹਿਬ ਨੇ ਪੂਰੀ ਹੀ ਟੀਮ ਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਉਹ ਜਲਦ ਤੋਂ ਜਲ ਆਦਮਪੁਰ ਪੁੱਜਣਗੇ ਉਸ ਫਲਾਈਟ ਨੂੰ ਸ਼ੁਰੂ ਕਰਾਨਗੇ ਤੇ ਦੂਜੀ ਗੱਲ ਕਿ ਮੈਂ ਤੁਹਾਡੇ ਕੈਮਰੇ ਰਾਹੀਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨਾ ਆਮ ਆਦਮੀ ਪਾਰਟੀ ਜਿਹੜਾ ਫ੍ਰੀ ਫੰਡ ਦਾ ਕ੍ਰੈਡਿਟ ਲੈਣ ਨੂੰ ਫਿਰ ਰਹੀ ਹੈ ਕਿ ਆਦਮਪੁਰ ਦੀ ਫਲਾਈਟ ਕਿਤੇ ਉਹ ਸ਼ੁਰੂ ਕਰਾਨ ਲੱਗੇ ਉਹਨਾਂ ਦਾ ਵੀ ਝੂਠ ਦੀ ਜਿਹੜੀ ਪੋਤਲੀ ਹੈ ਉਹਦਾ ਵੀ ਖੁਲਾਸਾ ਜਲਦ ਤੋਂ ਜਲ ਮੰਤਰੀ ਸਾਹਿਬ ਆਪ ਹੀ ਕਰਨਗੇ ਦੇਖੋ ਜੀ ਅੱਜ ਅਸੀਂ ਪੂਰੀ ਭਾਜਪਾ ਜਲੰਧਰ ਦੀ ਟੀਮ ਜਿਹਨੂੰ ਅਗਵਾਈ ਜਦੀ ਸਾਡੇ ਅਧਿਐਕਸ਼ ਜੀ ਸੁਸ਼ੀਲ ਸ਼ਰਮਾ ਜੀ ਕਰ ਰਹੇ ਹੈ ਸਾਡੇ ਯੂਵਾ ਟੀਮ ਅਸ਼ੋਕ ਸਰੀਨ ਜੀ ਡਿੰਪੀ ਸਦੇਵਾ ਜੀ ਰਕੇਸ਼ ਕਪੂਰ ਜੀ ਸਿੰਧਿਆ ਸਾਹਿਬ ਨੂੰ ਦੋ ਸਪਸ਼ਟ ਮੰਗ ਰੱਖੀ ਹੈ ਪਹਿਲੀ ਮੰਗ ਕਿ ਜਿਹੜੀ ਆਦਮਪੁਰ ਤੋਂ ਦਿੱਲੀ ਦੀ ਫਲਾਈਟ 2020 ਚ ਰੋਕ ਰੋਕ ਦਿੱਤੀ ਗਈ ਸੀ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਦੂਜੀ ਤੇ ਸਭ ਤੋਂ ਅਹਿਮ ਮੰਗ ਜਿਹੜਾ ਸਾਰੇ ਪੰਜਾਬ ਦੇ ਵਸਨੀਕ ਹੈ ਪੰਜਾਬ ਵਾਸੀ ਹੈ ਜਿਸ ਮਰਜੀ ਧਰਮ ਦੇ ਹੋ ਜਿਸ ਮਰਜੀ ਜਾਤ ਦੇ ਹੋ ਉਹਨਾਂ ਦਾ ਬਨਾਰਸ ਨਾਲ ਖਾਸ ਲਗਾਓ ਹੈ ਉੱਥੇ ਸਾਡੇ ਕਾਸ਼ੀ ਵਿਸ਼ਨনাথ ਜੀ ਮੰਦਿਰ ਹੈ ਉੱਥੇ ਸਵਰਨ ਮੰਦਿਰ ਹੈ ਗੁਰੂ ਰਵਿਦਾਸ ਜੀ ਦਾ ਧਰਮ ਸਥਾਨ ਹੈ ਕਿ ਸਾਰੇ ਧਰਮਾਂ ਦੀ ਇੱਕ ਆਸ ਜੁੜੀ ਹੋਈ ਹੈ ਉਸ ਆਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਦਮਪੁਰ ਤੋਂ ਬਨਾਰਸ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾਏ ਐਸਸੀ ਸਮਾਜ ਦੀ ਜੋ ਗੁਰੂ ਰਵਿਦਾਸ ਜੀ ਲਈ ਉਹਨਾਂ ਦਾ ਜਨਮ ਸਥਾਨ ਹੈ ਉੱਥੇ ਬਨਾਰਸ ਸਹੂਲਤ ਹੋਵੇ ਸਿੱਧੀ ਡਾਇਰੈਕਟ ਫਲਾਈਟ ਆਦਮਪੁਰ ਤੋਂ ਬਨਾਰਸ ਪਹੁੰਚੇ ਉਹ ਅਸੀਂ ਮੰਗ ਰੱਖੀ ਹੈ ਸਿੰਧਿਆ ਸਾਹਿਬ ਨੇ ਪੂਰੀ ਹੀ ਟੀਮ ਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਉਹ ਜਲਦ ਤੋਂ ਜਲ ਆਦਮਪੁਰ ਪੁੱਜਣਗੇ ਉਸ ਫਲਾਈਟ ਨੂੰ ਸ਼ੁਰੂ ਕਰਾਂਗੇ ਤੇ ਦੂਜੀ ਗੱਲ ਕਿ ਮੈਂ ਤੁਹਾਡੇ ਕੈਮਰੇ ਰਾਹੀਂ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਜਿਹੜਾ ਫ੍ਰੀ ਫੰਡ ਦਾ ਕ੍ਰੈਡਿਟ ਲੈਣ ਨੂੰ ਫਿਰ ਰਹੀ ਹੈ ਕਿ ਆਦਮਪੁਰ ਦੀ ਫਲਾਈਟ ਕਿਤੇ ਉਹ ਸ਼ੁਰੂ ਕਰਾਨ ਲੱਗੇ ਉਹਨਾਂ ਦਾ ਵੀ ਝੂਠ ਦੀ ਜਿਹੜੀ ਪੋਤਲੀ ਹੈ ਉਹਦਾ ਵੀ ਖੁਲਾਸਾ ਜਲਦ ਤੋਂ ਜਲਦ ਮੰਤਰੀ ਸਾਹਿਬ ਆਪ ਹੀ ਕਰਨਗੇ